ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਜਿੱਥੇ ਹਰ ਕੋਈ ਤੇਜ਼ੀ ਨਾਲ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ, ਉੱਥੇ ਹੀ ਬਣੇ ਬਣਾਏ ਭੋਜਨ ਯਾਨੀ ਕਿ ਫਾਸਟ ਫੂਡ ਨੂੰ ਵੱਧ ਮਹੱਤਤਾ ਦਿੱਤੀ ਜਾਣ ਲੱਗਦੀ ਹੈ, ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਬਿਮਾਰੀ ਮੋਟਾਪੇ ਦੀ ਹੈ, ਜੋ ਹੋਰ ਕਈ ਬਿਮਾਰੀਆਂ ਦੀ ਜਨਮਦਾਤਾ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਦਵਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ ਜਲੰਧਰ ਦਾ ਜੰਮੂ ਹਸਪਤਾਲ। ਦੇਸ਼ ਵਿਦੇਸ਼ ਵਿੱਚ ਨਾਮ ਖੱਟਣ ਵਾਲੇ ਜੰਮੂ ਹਸਪਤਾਲ ਦੇ ਡਾਕਟਰ ਗੁਰਵਿੰਦਰ ਸਿੰਘ ਜੰਮੂ ਆਪਣੀਆਂ ਵਧੀਆ ਸੇਵਾਵਾਂ ਮੁਹੱਈਆ ਕਰਵਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਦਵਾ ਰਹੇ ਹਨ। ਬਰੀਆਟਿਕ ਸਰਜਰੀ ਅਸਲ 'ਚ ਉਹਨਾਂ ਮਰੀਜ਼ਾਂ ਵਾਸਤੇ ਇੱਕ ਵਰਦਾਨ ਹੈ ਜੋ ਆਪਣਾ ਭਾਰ ਡਾਇਟਿੰਗ ਅਤੇ ਐਕਸਰਸਾਈਜ਼ ਨਾਲ ਨਹੀਂ ਘਟਾ ਸਕਦੇ। ਜਿਵੇਂ ਕਿ ਅਸੀਂ ਇਸ ਕੈਂਪ ਵਿੱਚ ਦਿਖਾਇਆ, ਸਾਡੇ ਕੁਛ ਮਰੀਜ਼ ਜਿਨ੍ਹਾਂ ਦਾ ਭਾਰ 200 ਕਿਲੋ ਤੋਂ ਵੀ ਉੱਪਰ ਹੋ ਚੁੱਕਿਆ ਸੀ, ਓਪਰੇਸ਼ਨ ਕਰਾ ਕੇ ਆਏ ਹੋਏ ਹਨ। ਉਹਨਾਂ ਵਿੱਚ ਇੱਕ ਮਰੀਜ਼ ਗੁਰਦੀਪ ਸਿੰਘ, ਜਿਸ ਦਾ ਭਾਰ ਤਕਰੀਬਨ 80 ਕਿਲੋ ਘੱਟ ਚੁੱਕਿਆ ਹੈ 11 ਮਹੀਨੇ ਵਿੱਚ, ਉਸ ਦਾ ਭਾਰ 215 ਕਿਲੋ ਸੀ ਅਤੇ ਹੁਣ 135 ਕਿਲੋ 'ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਅਸੀਂ 2 ਦਿਨ ਪਹਿਲਾਂ ਇੱਕ ਮਰੀਜ਼ ਕੀਤਾ ਹੈ ਓਪਰੇਸ਼ਨ, ਜਿਸ ਤਰ੍ਹਾਂ ਜਸਪਾਲ ਸਿੰਘ ਬੰਗੀਆਂ ਤੋਂ ਹੈ, ਉਸ ਦਾ ਭਾਰ 210 ਕਿਲੋ ਸੀ, ਸਿਰਫ 2 ਦਿਨ ਹੀ ਹੋਏ ਹਨ। ਉਹ ਮਰੀਜ਼ ਨੇ ਬਹੁਤ ਸਾਰੇ ਤਰੀਕਿਆਂ ਨਾਲ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ, ਇਹ ਦਵਾਈਆਂ ਖਾ ਕੇ ਬੜੇ ਸਾਰੇ ਯਤਨ ਕਰਨ ਤੋਂ ਬਾਅਦ ਫਿਰ ਸਾਡੇ ਕੋਲ ਆਏ ਅਤੇ ਹੁਣ ਉਹਦਾ ਓਪਰੇਸ਼ਨ ਹੋ ਚੁੱਕਾ ਹੈ। ਉਹ ਮਰੀਜ਼ ਨੂੰ ਈਵਨ ਚੱਲਣਾ ਫਿਰਨਾ, ਉਹਦਾ ਬਿਜ਼ਨਸ, ਸਾਰੇ ਕੰਮ ਕਾਰ ਵੀ ਆਪਣੇ ਬੰਦ ਹੋ ਚੱਲੇ ਸੀ ਮੋਟਾਪੇ ਕਰਕੇ। ਸਾਹ ਉਹਨੂੰ ਇੰਨਾ ਚੜ੍ਹਦਾ ਸੀ, ਕਿਸੇ ਗੱਡੀ 'ਚ ਬਹਿਣਾ ਵਾਲੀ ਮੁਸ਼ਕਲ ਸੀਗਾ, ਸਕੂਟਰ ਮੋਟਰਸਾਈਕਲ ਕਾਰ 'ਚ ਬਹਿਣਾ ਵੀ ਵਾਲੀ ਮੁਸ਼ਕਲ ਸੀਗਾ, ਕਿਸੇ ਫੰਕਸ਼ਨ 'ਤੇ ਜਾਣਾ ਵਾਲੀ ਮੁਸ਼ਕਲ ਸੀ। ਈਵਨ 2 ਕਦਮ ਤੁਰਦਾ ਸੀ ਤਾਂ ਉਸਨੂੰ ਸਾਹ ਚੜ੍ਹ ਜਾਂਦਾ ਸੀ। ਸੋ ਬਰੀਆਟਿਕ ਸਰਜਰੀ, ਜਿਹੜੇ ਲੋਕ ਆਪਣਾ ਭਾਰ ਨਹੀਂ ਘਟਾ ਸਕਦੇ ਬਾਕੀ ਯਤਨਾਂ ਤੋਂ, ਡਾਇਟਿੰਗ ਕਰਕੇ, ਐਕਸਰਸਾਈਜ਼ ਕਰਕੇ, ਉਹਨਾਂ ਲਈ ਇੱਕ ਵਰਦਾਨ ਹੈ।